ਰਾਜਨੀਤੀ ਦੇ ਰੰਗ ਕਰਤਾਰ ਸਿੰਘ ਆ, ਜਿਵੇਂ ਦਾ ਲੱਗਦਾ ਤਿਵੇਂ ਲਾ ਲਈਏ। ਬੀਜੇਪੀ ਦੇ ਨਾਲ ਮੋਹ ਕਿਉਂ ਭੰਗ ਹੋ ਗਿਆ? ਲੈ ਲੈ ਤੂੰ ਸਰਪੰਚੀ ਵੀ ਸਰਕਾਰੀ ਪੈਸਾ ਖਾਵਾਂਗੇ। ਲੁਧਿਆਣਾ ਵਿਧਾਨ ਸਭਾ ਦੇ ਵਿੱਚ 2 ਸੀਟਾਂ ਦੇ ਬਹਿਸ ਭਰਾਵਾਂ ਦਾ ਦਬਦਬਾ ਰਿਹਾ, ਲੇਕਿਨ ਇਹ ਦਬਦਬੇ ਦੇ ਨਾਲ ਨਾਲ ਪਾਰਟੀਆਂ ਦੇ ਨਾਲ ਸਹਿਯੋਗੀ ਦਲ ਬਣ ਕੇ ਜਿਹੜਾ ਵੈ ਰੋਲ ਅਦਾ ਕਰਦੇ ਰਹੇ ਨੇ। ਥੋੜ੍ਹਾ ਜਿਹਾ ਇਹਨਾਂ ਦਾ ਬੈਕਗਰਾਊਂਡ ਦੱਸ ਦਿੰਦੇ ਹਾਂ। ਅਕਾਲੀ ਦਲ ਦੇ ਵਿੱਚ ਸੀਗੇ, ਫਿਰ ਲੋਕ ਇਨਸਾਫ਼ ਪਾਰਟੀ ਬਣਾਈ, ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨਾਲ ਡਟ ਕੇ ਖੜ੍ਹੇ ਹੋਏ, ਫਿਰ ਪਤਾ ਨਹੀਂ ਕੀ ਹੋਇਆ ਕਿ ਉਹਨਾਂ ਨੂੰ ਨਾਰਾਜ਼ ਹੋ ਗਏ, ਛੱਡ ਦਿੱਤਾ, ਫਿਰ ਬੀਜੇਪੀ ਚਲੇ ਗਏ, ਬੀਜੇਪੀ ਦੇ ਨਾਲ ਸਹਿਯੋਗੀ ਦਲ ਦੇ ਤੌਰ ਦੇ ਉੱਤੇ ਉਭਰੇ ਔਰ ਹੁਣ ਆਪਣੀ ਪਾਰਟੀ ਮਰਜ ਕਰਕੇ ਕਾਂਗਰਸ ਦੇ ਵਿੱਚ ਆ ਗਏ ਨੇ। ਬੈਂਸ ਭਰਾਵਾਂ ਨਾਲ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਰਮਾਨੈਂਟ ਘਰ ਕਿਉਂ ਨਹੀਂ ਮਿਲ ਰਿਹਾ ਤੁਹਾਨੂੰ? ਕਿਉਂ ਵੱਖਾਂ ਵੱਖ ਘਰਾਂ 'ਚ ਤੁਹਾਨੂੰ ਜਾਣਾ ਪੈ ਰਿਹਾ? ਹੁਣ ਤੁਸੀਂ ਆਪਣਾ ਘਰ ਮਰਜ ਕਰਕੇ ਕਾਂਗਰਸ ਦੇ ਘਰ ਚਲੇ ਗਏ ਹੋ, ਔਰ ਇਹ ਘਰ ਕਿੰਨੀ ਦੇਰ ਰੁਕੋਗੇ? ਸਾਲ 2 ਸਾਲ? ਚੰਗਾ ਲੱਗਿਆ ਤੁਹਾਨੂੰ ਪਹਿਲਾਂ ਕਿ ਨਹੀਂ ਲੱਗਿਆ ਦੱਸੋ? ਦੇਖੋ ਇਹ ਤੇ ਤੁਹਾਡਾ ਲੋਕ ਪੁੱਛਦੇ ਨੇ, ਲੋਕ ਪੁੱਛ ਰਹੇ ਨੇ ਤੁਸੀਂ ਲੋਕਾਂ 'ਚ ਹੀ ਹੋ ਕਿ ਅਸੀਂ ਕਿਵੇਂ ਭਰੋਸਾ ਕਰੀਏ ਕਿ ਕੱਲ ਨੂੰ ਤੁਸੀਂ ਕਾਂਗਰਸ ਨੂੰ ਭਿਓ ਭਿਓ ਕੇ ਗਾਲਾਂ ਕੱਢ ਰਹੇ ਸੀ 1984 ਦੇ ਮਸਲੇ ਦੇ? ਜਵਾਬ ਤੁਹਾਨੂੰ ਦੇਣ ਲੱਗਿਆ, ਫਰੋਮ ਦਾ ਲਾਸਟ 25 ਈਅਰਸ, 25 ਸਾਲ ਕਿਰਤੀਮਾਨ ਸਥਾਪਿਤ, ਮੀਲ ਪੱਥਰ ਗੱਢ ਦਿੱਤੇ, ਅਸੀਂ ਸੇਵਾ ਵਾਲੇ ਤੇ ਲੋਕਾਂ ਨੇ ਇਤਿਹਾਸ ਬਣਾਉਣ ਵਾਲੇ। ਉਹ ਇਤਿਹਾਸ ਜਿਹੜਾ ਪੂਰੇ ਦੇਸ਼ ਨਹੀਂ, ਪੂਰੀ ਦੁਨੀਆਂ ਦੇ ਵਿੱਚ ਨਹੀਂ ਹੈਗਾ ਕਿ ਇੱਕ ਟੱਬਰ ਦੇ ਵਿੱਚੋਂ 2 ਸਕੇ ਭਾਈ ਲੋਕਾਂ ਨੇ ਜਿਤਾਏ ਤੇ ਹਰਾਇਆ ਕਿਹਨੂੰ? ਸਮੇਂ ਦੀ ਸਰਕਾਰ ਦੇ ਵਜ਼ੀਰ ਨੂੰ ਤੇ ਮੇਅਰ ਨੂੰ। ਗੱਠਜੋੜ ਦੀ ਰਾਜਨੀਤੀ ਤੋਂ ਬਾਅਦ ਕਾਂਗਰਸ ਦੇ ਵਿੱਚ ਮਰਜਰ। ਮੈਂ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦੇ ਰਿਹਾ ਸੀ, ਤੁਸੀਂ ਕਈ ਪਾਰਟੀਆਂ ਗਿਣਾ ਦਿੱਤੀਆਂ, ਇਹ ਸਾਰੀਆਂ ਤੁਸੀਂ ਗਏ ਹੋ? ਹਾਂ, ਸਾਰੀਆਂ ਤੁਸੀਂ ਗਏ। ਝੂਠੀ ਨਹੀਂ, ਮੈਂ ਤੁਹਾਡੇ ਗੱਲ ਤਸਦੀਕ ਮੈਂ ਹੀ ਕਰ ਰਿਹਾ। ਇਹ ਗੱਲ ਕੋਈ ਝੂਠੀ ਨਹੀਂ, ਬਿਲਕੁਲ ਸਾਫ਼ ਸਪਸ਼ਟ ਤੇ ਸੱਚੀ ਹੈ। ਪੰਜਾਬੀ ਦਾ ਇੱਕ ਕਹਾਵਤ ਹੈਗੀ ਆ, ਇੱਕ ਛੋਟੀ ਜਿਹੀ ਤੁਕਬੰਦੀ ਹੈਗੀ ਆ, ਰਾਜਨੀਤੀ ਦੇ ਰੰਗ ਕਰਤਾਰ ਸਿੰਘ ਆ, ਜਿਵੇਂ ਦਾ ਲੱਗਦਾ ਤਿਵੇਂ ਲਾ ਲਈਏ। ਹੁਣ ਇਹ ਜਿਹੜਾ ਦਾ ਸ਼ਬਦ ਆ ਨਾ, ਇਹ ਦਾ 2 ਲੋਕਾਂ ਦੇ ਢੁਕਦਾ। ਪਹਿਲੇ ਉਹ ਲੋਕ ਹੈਗੇ ਜਿਹੜੇ ਦਾ ਰਾਜਨੀਤੀ ਦੇ ਵਿੱਚ ਆ ਕੇ ਲਾਉਂਦੇ ਆ ਵੀ ਕੋਈ ਅਹੁਦਾ ਮਿਲ ਜਾਵੇ, ਲੈ ਲੈ ਤੂੰ ਸਰਪੰਚੀ ਵੀ ਸਰਕਾਰੀ ਪੈਸਾ ਖਾਵਾਂਗੇ, ਲੋਕਾਂ ਦੀਆਂ ਜੇਬਾਂ ਕੱਟਣੀਆਂ, ਕੰਮ ਕਰਾਉਣ ਦੇ ਪੈਸੇ ਤੇ ਵੱਡੇ ਵੱਡੇ ਸਕੈਮ ਤੇ ਕੱਪੜੇ। ਦੂਸਰੇ ਦਾ ਦਾ ਮਤਲਬ ਹੈਗਾ ਕਿ ਆਪਣੇ ਤਨ ਦੀ ਚਰਬੀ ਦਾ ਦੀਵਾ ਜਗਾ ਕੇ ਲੋਕਾਂ ਨੂੰ ਸਰਵ ਕਰਨਾ, ਭ੍ਰਿਸ਼ਟਾਚਾਰ ਦੇ ਖਿਲਾਫ਼ ਸੰਘਰਸ਼ ਕਰਨਾ। ਸੋ ਬੈਂਸ ਭਰਾਵਾਂ ਦੇ ਹਿੱਸੇ ਆਇਆ ਇਹ ਦਾ ਜਿਹੜਾ ਤਾਕਤ ਹੈ, ਤੇ ਲੋਕਾਂ ਨੂੰ ਸਰਵ ਕਰਾਂਗੇ, ਰਿਸ਼ਵਤਖੋਰਾਂ ਦੇ ਨਾਲ ਲੜਾਈ ਲੜਾਂਗੇ। ਲੇਕਿਨ ਕਾਂਗਰਸ ਅਜਿਹੀ ਕਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਕਿ ਕਾਂਗਰਸ ਤੁਹਾਨੂੰ, ਕਿਉਂਕਿ ਹੁਣ ਤੱਕ ਤੁਸੀਂ ਪਾਰਟੀ ਮਰਜ ਨਹੀਂ ਕੀਤੀ ਸੀ, ਪਹਿਲੀ ਵਾਰ ਹੈ ਕਿ ਪਾਰਟੀ ਮਰਜ ਕਰ ਦਿੱਤੀ? ਮੈਂ ਪੰਜਾਬੀਆਂ ਦੇ ਦਿੱਤੇ ਹੁਕਮਾਂ ਦਾ ਹਮੇਸ਼ਾ ਤਾਬਿਆਦਾਰ ਰਿਹਾ। ਹੁਣ ਤੁਸੀਂ ਇਹ ਦੂਸਰਾ ਸਵਾਲ ਕਰੋ ਵੀ ਸਮਾਂ ਬੜਾ ਲਾਇਆ ਤੁਸੀਂ, ਮਹੀਨਾ ਡੇਢ ਮਹੀਨਾ ਚਰਚਾਵਾਂ ਚੱਲਦੀਆਂ ਨੂੰ ਹੋ ਗਿਆ। ਅਸੀਂ ਤਾਂ ਖਬਰ ਇਹ ਵੀ ਚਲਾਤੀ ਸੀ ਕਿ ਟਿਕਟ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ, ਔਰ 1 ਮਹੀਨਾ ਪਹਿਲਾਂ ਖਬਰ ਅਸੀਂ ਚਲਾਈ ਸੀ, ਉਦੋਂ ਸਾਡੇ ਸੋਰਸਿਸ ਜਾਣਕਾਰੀ ਦੇ ਰਹੇ ਸੀ। ਮਿਹਰਬਾਨੀ ਤੁਹਾਡੇ ਸੋਰਸਿਸ, ਤੁਹਾਨੂੰ ਮੁਬਾਰਕ, ਤੁਸੀਂ ਖਬਰ ਲਾਓ, ਚੰਗੀ ਗੱਲ ਹੈਗੀ ਆ। ਪਰ ਮੈਂ ਇਹ ਗੱਲ ਕਹਿਣ ਲੱਗਿਆ ਕਿ ਅਸੀਂ ਮਹੀਨਾ ਡੇਢ ਮਹੀਨਾ ਪੂਰੇ ਪੰਜਾਬ ਨਹੀਂ ਪੂਰੀ ਦੁਨੀਆਂ 'ਚ ਵਸਦੇ ਪੰਜਾਬੀਆਂ ਦੀਆਂ ਰਹਿਮਾਂ ਲਈਆਂ, ਮੇਰੇ ਸਾਰੇ ਸਤਿਕਾਰਯੋਗ ਸਾਥੀਆਂ ਨੇ, ਕਿ ਲੋਕ ਕੀ ਚਾਹੁੰਦੇ ਆ ਤੁਸੀਂ ਹੈਰਾਨ ਹੋਵੋਗੇ। ਮੈਜੋਰਿਟੀ ਦੇ ਵਿੱਚ ਰਾਏ ਸਭ ਦੀ, ਕਿਉਂਕਿ ਕੁੜੱਤਣ ਭਰਿਆ ਮਾਹੌਲ ਦੇਸ਼ ਦੇ ਅੰਦਰ ਹਰ ਪਾਸੇ ਕੁੜੱਤਣ ਹੈਗੀ ਆ, ਸੋ ਸਭ ਦੀ ਰਾਏ ਸੀਗੀ ਕਿ ਕਾਂਗਰਸ, ਮੇਰੇ ਸਾਥੀਆਂ ਦੀ, ਮੇਰੀ ਪਾਰਟੀ ਦੇ ਅੰਦਰ 99.9% ਦੋਸਤਾਂ ਦੀ ਰਾਏ ਸੀਗੀ
ਪੰਜਾਬੀਆਂ ਦੀ ਰਾਏ ਨੂੰ ਦਰਕਿਨਾਰ ਨਹੀਂ ਕਰ ਸਕਦਾ। ਜਿਹੜਾ ਬੰਦਾ ਇੰਡੀਪੈਂਡੈਂਟ ਜਿੱਤਿਆ ਹੋਵੇ ਨਾ, ਉਹਨੂੰ ਲੋਕਤੰਤਰ ਦੇ ਅੰਦਰ ਲੋਕਾਂ ਦੀ ਸੋਚ ਦੇ ਮਹੱਤਵ ਦਾ ਗਿਆਨ ਹੁੰਦਾ, ਉਹ ਮੇਰੇ ਕੋਲ ਆ, ਮੈਂ ਲੋਕਾਂ ਦੇ ਓਪੀਨੀਅਨ ਤੋਂ ਉੱਤੇ ਨਹੀਂ ਜਾ ਸਕਦਾ। ਔਰ ਬੀਜੇਪੀ 'ਚ ਬੀਜੇਪੀ ਨੂੰ ਸਹਿਯੋਗ ਕਰਨਾ ਉਹ ਕਿਸ ਦਾ ਸੀਗਾ? ਉਹ ਤੁਹਾਡੇ 99% ਲੋਕਾਂ ਨੇ ਕਿਹਾ ਸੀ, ਜਾਂ ਤੁਹਾਡੇ ਮਨ ਨੇ ਕਿਹਾ ਸੀ, ਜਾਂ ਤੁਸੀਂ ਮੌਕਾ ਦੇਖਿਆ ਸੀ, ਜਾਂ ਤੁਸੀਂ ਦਾਅ ਲਾਇਆ ਸੀ ਕੁਦਰਤ? ਫਿਰ ਦਾਅ ਦੀ ਗੱਲ ਆਉਂਦੀ ਹੈ ਤੇ ਦਾਅ ਮੈਂ ਲੋਕਾਂ ਵਾਸਤੇ ਹੀ ਲਾਉਣਾ। ਬੀਜੇਪੀ 'ਚ ਦਾਅ ਚੱਲਿਆ ਨਹੀਂ। ਦੱਸ ਦਿਓ ਜਿੱਥੇ ਸਿਮਰਜੀਤ ਬੈਂਸ ਨੇ ਆਪਣੇ ਲਈ ਦਾਅ ਲਾਇਆ ਹੋਵੇ, 30 ਮੁਕੱਦਮੇ ਲਾ ਰੇਪ ਦੇ, 302 ਦੇ 30 ਮੁਕੱਦਮੇ ਆਪਣੇ ਪਿੰਡੇ ਦੇ ਉੱਤੇ, ਤੇ ਅੱਜ ਉਹ ਲੋਕ ਗੱਲਾਂ ਕਰਨ। ਮੈਂ ਦਾਅ ਆਪਣੇ ਲਈ ਨਹੀਂ ਲਾਇਆ, ਮੈਂ ਦਾਅ ਪੰਜਾਬੀਆਂ ਵਾਸਤੇ ਲਾਇਆ। ਬੀਜੇਪੀ ਦੇ ਨਾਲ ਮੋਹ ਕਿਉਂ ਭੰਗ ਹੋ ਗਿਆ ਇਹ ਲੋਕ ਜਾਣਨਾ ਚਾਹੁੰਦੇ ਆ, ਕਿਉਂਕਿ ਕੁਦਰਤ ਬੜੀ ਬੇਅੰਤ ਹੈਗੀ ਆ। ਕੁਦਰਤ ਠੀਕ ਹੈ, ਪਰ ਕੁਦਰਤ ਠੀਕ ਹੈ, ਆਪਾਂ ਕੁਦਰਤ ਦਾ ਕਸੂਰ ਨਹੀਂ ਕੱਢਣਾ ਜਾਂ ਕੁਦਰਤ ਤੇ ਨਹੀਂ ਜਾਣਾ। ਜੇ ਪ੍ਰੈਕਟੀਕਲੀ ਮੈਂ ਪ੍ਰੈਕਟੀਕਲੀ ਪੁੱਛਣਾ ਚਾਹੁੰਦਾ, ਸਾਰੇ ਲੋਕ ਜਾਣਨਾ ਚਾਹੁੰਦੇ ਆ, ਮੈਂ ਇੱਥੇ ਦਫ਼ਤਰ ਆਇਆ, ਬਹੁਤ ਸਾਰੇ ਲੋਕ ਪੁੱਛ ਰਹੇ ਸੀ, ਕਹਿੰਦੇ ਕਿ ਇੱਕ ਸਾਲ 'ਚ ਅਜਿਹਾ ਕੀ ਹੋਇਆ, ਪੁੱਛਿਓ ਜ਼ਰੂਰ। ਬਹੁਤ ਸਾਰੇ ਲੋਕ ਇਹ ਨਾ ਮੰਨਣ ਕੁਦਰਤ, ਪਰ ਬੈਂਸ ਕੁਦਰਤ ਤੇ ਕੁਦਰਤ ਠੀਕ ਹੈ, ਲੇਕਿਨ ਸਿਆਸਤ 'ਚ ਦੱਸੋ, ਸਿਆਸਤ 'ਚ ਕੀ ਗੱਲ ਕਰਨ ਲੱਗਿਆ? ਉਹੀ ਗੱਲ, ਤੁਸੀਂ ਇਹ ਗੱਲ ਕੀਤੀ ਕਿ ਤੂੰ ਬੀਜੇਪੀ ਨੂੰ ਸਪੋਰਟ ਕੀਤਾ ਸੀ। ਮੈਂ ਬੀਜੇਪੀ ਨੂੰ ਸ਼ਾਇਦ ਤੁਸੀਂ ਉਦੋਂ ਇਹ ਗੱਲ ਸ਼ਿੱਦਤ ਦੇ ਨਾਲ ਆਪਣੇ ਟੀਵੀ ਦੇ ਉੱਤੇ ਵੀ ਲੈ ਕੇ ਆਏ, ਮੈਂ ਕੰਡੀਸ਼ਨਲ ਸਪੋਰਟ ਕੀਤਾ ਸੀਗਾ ਵਪਾਰ ਖੋਲ੍ਹ ਦਿਓ ਪਾਕਿਸਤਾਨ ਦੇ ਨਾਲ, ਪੰਜਾਬ ਦਾ ਵਪਾਰ ਅਤੇ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਏਗਾ। ਹੁਣ ਬਾਇਆ ਦੁਬਈ ਕਿੱਧਰ ਕਿੱਧਰ ਦੀ ਹੋ ਕੇ ਸਾਡਾ ਸਾਈਕਲ ਸਾਡਾ ਜਿਣਸ ਜਾਂਦੀ ਆ, ਅਤੇ ਮੈਨੂੰ ਇਹ ਗੱਲ ਦਾ ਜ਼ਰੂਰ ਉਹਨਾਂ ਨੇ ਇਨਸ਼ੋਰ ਕੀਤਾ, ਕਰਾਂਗੇ, ਪਰ ਨਹੀਂ ਹੋ ਸਕਿਆ। ਅਤੇ ਉਸ ਤੋਂ ਬਾਅਦ 'ਚ ਪੰਕਜ ਹਾਲਾਤ ਟਵਿਸਟ ਲੈਂਦੇ ਆ, ਦੇਸ਼ ਦੇ ਅੰਦਰ ਕੁੜੱਤਣ ਦਾ ਮਾਹੌਲ ਪੈਦਾ ਹੁੰਦਾ ਯਾਰ, ਨਹੀਂ ਚਾਹੀਦਾ। ਅਸੀਂ ਤੁਸੀਂ ਤੇ ਮੈਂ ਹਮ ਉਮਰ ਹੈਗੇ, ਮੈਂ 50 ਵੱਬ ਹੋ ਗਿਆ, ਆਪਾਂ ਉਹ ਦੌਰ ਦੇਖਿਆ ਤਕਰੀਬਨ 20-22 ਸਾਲ ਜਿੱਥੇ ਪੰਜਾਬੀਆਂ ਦਾ ਲੌਸ ਹੋਇਆ, ਚਾਹੇ ਉਹ ਹਿੰਦੂ ਆ ਸਿੱਖ ਆ ਕਿਸੇ ਧਰਮ ਦਾ। ਪੰਜਾਬ ਦੇ ਵਿੱਚ ਦੁਬਾਰਾ ਸਾਡੀ ਕ੍ਰਿਮੀਨਲ ਹਾਰਮਨੀ ਨੌ ਤੇ ਮਾਸ ਦਾ ਰਿਸ਼ਤਾ ਬੜਾ ਮਜ਼ਬੂਤ ਹੋਇਆ। ਦੁੱਖ ਲੱਗਦਾ ਜਦੋਂ ਕੁੜੱਤਣ ਦਾ ਮਾਹੌਲ ਪੈਦਾ ਹੁੰਦਾ। ਮੇਰਾ ਖਿਆਲ ਇਹ ਤਾਂ ਇੱਕ ਸਾਲ ਪਹਿਲਾਂ ਵੀ ਕੁੜੱਤਣ ਸੀਗੀ, ਮਤਲਬ ਪੰਜਾਬੀ ਤਾਂ ਉਦੋਂ ਵੀ ਫੀਲ ਕਰ ਰਹੇ ਸੀਗੇ, ਇੱਕ ਸਾਲ 'ਚ ਕੁੜੱਤਣ ਵਧੀ ਘਟੀ ਕਿੱਦਾਂ ਕਿੱਥੇ, ਇਹ ਤਾਂ ਦਾਅ ਵਾਲੀ ਗੱਲ ਹੋ ਗਈ ਨਾ। ਮੇਰਾ ਖਿਆਲ ਆ ਕਿ ਉਦੋਂ ਇਸ ਤਰੀਕੇ ਦਾ ਪੀਕ ਦੇ ਉੱਤੇ ਜਿਹੜਾ ਹੁਣ ਮਾਹੌਲ ਆ ਉਹ ਮਾਹੌਲ ਨਹੀਂ ਸੀਗਾ। ਰਹਿ ਗਈ ਗੱਲ ਦਾਅ ਦੀ, ਦਾਅ ਵੀ ਕਹਿ ਸਕਦੇ ਹਾਂ, ਮੈਂ ਕਦੋਂ ਇਸ ਗੱਲ ਤੋਂ ਮੁਨਕਰ ਹੋਇਆ, ਪਰ ਮੇਰਾ ਦਾਅ ਲੋਕਾਂ ਵਾਸਤੇ ਤੇ ਸਟੇਟ ਵਾਸਤੇ। ਇੱਕ ਸਾਲ ਪਹਿਲਾਂ 2 ਸਾਲ ਪਹਿਲਾਂ ਮੈਂ ਤੁਹਾਡੇ ਬਹੁਤ ਸਾਰੇ ਇੰਟਰਵਿਊ ਕੀਤੇ, 1984 ਦੇ ਮਸਲੇ ਤੇ, ਸਿੱਖ ਕਤਲੋ ਗਾਰਤ ਹੋਈ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਕਾਂਗਰਸ ਨੇ ਕਿਉਂ ਕੀਤਾ, ਮਾਫ਼ੀ ਮੰਗਣੀ ਚਾਹੀਦੀ ਹੈ, ਬਹੁਤ ਵੱਡੇ ਵੱਡੇ ਬਿਆਨ ਤੁਹਾਡੇ ਕਾਂਗਰਸ ਨੂੰ ਲੈ ਕੇ ਸੀਗੇ, ਕਾਂਗਰਸ ਨੂੰ ਪੂਰਾ ਤੁਸੀਂ ਭੰਡਦੇ ਸੀਗੇ, ਉਹ ਸਾਰੀਆਂ ਚੀਜ਼ਾਂ ਮਾਫ਼ ਕਰਤੀਆਂ ਤੁਸੀਂ? ਰਾਹੁਲ ਗਾਂਧੀ ਜੀ ਦਰਬਾਰ ਸਾਹਿਬ ਨਿਮਾਣੇ ਸ਼ਰਧਾਲੂ ਬਣ ਕੇ ਗਏ, ਨਿਮਾਣਾ ਸ਼ਰਧਾਲੂ ਬਣ ਕੇ ਮੱਥਾ ਹੀ ਨਹੀਂ ਟੇਕਿਆ, ਨਤਮਸਤਕ ਹੀ ਨਹੀਂ ਹੋਏ, ਸ਼ਰਧਾ ਨਹੀਂ ਅਰਪਿਤ ਕੀਤੀ, ਬਰਤਨਾਂ ਦੀ ਸੇਵਾ ਤੇ ਜੋੜਿਆਂ ਦੀ ਸੇਵਾ, ਇਹ ਏਦੂ ਵੱਡੀ ਭਾਵਨਾ ਹੋਰ ਕੀ ਹੋ ਸਕਦੀ? ਲੇਕਿਨ ਇਸ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਪਾਰਲੀਮੈਂਟ 'ਚ ਮਾਫ਼ੀ ਮੰਗ ਚੁੱਕੇ ਸੀਗੇ, ਉਸ ਵੇਲੇ ਉਸ ਤੋਂ ਬਾਅਦ ਵੀ ਤੁਸੀਂ ਭੰਡਦੇ ਸੀਗੇ, ਉਸ ਵੇਲੇ ਵੀ ਇਹ ਗੱਲ ਕਹੀ ਸੀ ਵੀ ਜੇ ਸਵੇਰ, ਇਹ ਗੱਲ ਔਨ ਰਿਕਾਰਡ ਹੈਗੀ ਹੈ, ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੀ ਮਾਫ਼ੀ ਮੰਗੀ, ਅਸੀਂ ਦੋਨੋਂ ਹੱਥ ਜੋੜ ਕੇ ਧੰਨਵਾਦ ਕੀਤਾ ਸੀ ਉਦੋਂ। ਸਵੇਰ ਦਾ ਭੁੱਲਿਆ, ਸ਼ਾਮ ਨੂੰ ਘਰ ਵਾਪਸ ਆ ਜੇ, ਉਹਨੂੰ ਭੁੱਲਿਆ ਨਹੀਂ ਗਿਣਦੇ, ਕਿਹੜੀ ਸੰਸਥਾ ਤੇ ਕਿਹੜਾ ਮਨੁੱਖ ਜਿਹਦੇ ਕੋਲ ਗਲਤੀ ਨਹੀਂ ਹੁੰਦੀ, ਉਸ ਗਲਤੀ ਦਾ ਪਸ਼ਚਾਤਾਪ ਕਰ ਲੈਣਾ, ਮਾਫ਼ੀ ਮਿਲ ਜਾਂਦੀ। ਲੇਕਿਨ ਤੁਸੀਂ ਪਾਣੀਆਂ ਦੀ ਗੱਲ ਪੂਰੀ ਸਿਆਸਤ 'ਚ ਆਪਣੀ ਕੀਤੀ, ਪੂਰੇ ਸਫ਼ਰ 'ਚ ਕੀਤੀ, ਔਰ ਉਸਦੇ ਲਈ ਜ਼ਿੰਮੇਵਾਰ ਅਤੇ ਦੋਸ਼ੀ ਤੁਸੀਂ ਸਾਰੀ ਜ਼ਿੰਦਗੀ ਕਾਂਗਰਸ ਨੂੰ
ਜਿਹੜਾ ਨੂੰ ਠਹਿਰਾਇਆ, ਕਾਂਗਰਸ ਨੂੰ ਠਹਿਰਾਇਆ, ਕਾਂਗਰਸ ਤੁਸੀਂ ਕਾਂਗਰਸ ਦੇ ਇਲਜ਼ਾਮ ਲਾਉਂਦੇ ਹੋ, ਕਾਂਗਰਸ ਵਿੱਚ ਇਹ ਬਾਦਲ ਹੈਗੇ ਆ, ਵਿੱਚ ਇਹ ਬੀਜੇਪੀ ਹੈਗੀ ਆ। ਜੇ ਮੈਂ ਪਾਣੀਆਂ ਦੀ ਲੜਾਈ ਲੜੀ ਤੇ ਅੱਜ ਵੀ ਮੈਂ ਛੱਡਣ ਵਾਲਾ ਨੀਗਾ? ਨਹੀਂ, ਤੁਸੀਂ ਕਹਿੰਦੇ ਸੀ ਅਸੀਂ ਜ਼ਿੰਮੇਵਾਰ ਕਾਂਗਰਸ, ਪੰਜਾਬ ਤੁਸੀਂ ਇਹ ਕਹਿੰਦੇ ਸੀ ਅਸੀਂ ਜ਼ਿੰਮੇਵਾਰ ਕਾਂਗਰਸ। ਨਹੀਂ, ਮੈਂ ਕਦੇ ਇੱਕ ਪਾਰਟੀ ਲਈ, ਮੈਂ ਹਮੇਸ਼ਾ ਕਿਹਾ ਕਿ ਰਵਾਇਤੀ ਪੋਲੀਟਿਕਸ ਨੇ ਪੰਜਾਬ ਦੇ ਅੰਦਰ ਪੰਜਾਬ ਦੇ ਸਾਸਿਆਂ ਦੀ ਲੁੱਟ ਦੇ ਭਾਗੀਦਾਰ ਬਣਦੇ ਰਹੇ ਆ। ਮੇਰਾ ਖਿਆਲ ਅੱਜ ਮੇਰੀ ਸੋਚ ਦੇ ਕਾਂਗਰਸ ਦੇ ਅੰਦਰ ਤੁਸੀਂ ਗਿਣਤੀ ਕਰ ਸਕਦੇ ਹੋ ਕਿੰਨੇ ਲੋਕ ਹੈਗੇ ਆ ਜਿਹੜੇ ਸਟੇਟ ਪ੍ਰਸਤ ਆ। ਸੁਖੀ ਰੰਧਾਵਾ ਜੀ, ਸੁਖਪਾਲ ਖਹਿਰਾ ਜੀ, ਮੈਂ ਗਿਣਤੀ ਕਰਾ ਦਿਆਂ ਤੇ ਵੱਡੀ ਲੰਬੀ ਚੌੜੀ ਲਿਸਟ ਬਣੀ ਜਿਹੜੇ ਪੰਜਾਬ ਲਈ ਘੋਲ ਕਰਦੇ ਆ। ਦੇਖੋ, ਸ਼ਬਦਾਂ 'ਚ ਤੁਹਾਡੇ ਕੋਈ ਨਹੀਂ ਜਿੱਤ ਸਕਦਾ। ਮੈਨੂੰ ਲੱਗਦਾ ਬੈਂਸ ਭਰਾਵਾਂ ਹੋਰਾਂ ਦੇ ਨਾਲ ਤੁਹਾਡੇ ਵੱਡੇ ਭਾਈ ਹੋਰਾਂ ਨਾਲ ਗੱਲ ਕਰਦੇ ਆ। ਤੁਸੀਂ ਥੋੜ੍ਹਾ ਜਿਹਾ ਸੌਖੇ ਸ਼ਬਦਾਂ 'ਚ ਦੱਸੋ, ਇਹਨਾਂ ਨੇ ਤਾਂ ਨਹੀਂ ਦੱਸਣਾ, ਇਹਨਾਂ ਨੇ ਕੁਦਰਤ ਦਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ। ਤੁਹਾਨੂੰ ਤੁਹਾਡੇ 'ਤੇ ਜ਼ਿਆਦਾ ਲੋਕ ਸੌਖੇ ਸ਼ਬਦਾਂ 'ਚ ਸਮਝਣਾ ਚਾਹੁੰਦੇ ਨੇ, ਤੁਸੀਂ ਇਹ ਦੱਸ ਦਿਓ ਕਾਂਗਰਸ ਚੁਣੀ ਕਿਉਂ? ਅਸਲ 'ਚ ਜਦੋਂ ਤੁਸੀਂ ਦੇਸ਼ ਦਾ ਨਕਸ਼ਾ ਦੇਖੋਗੇ ਤਾਂ ਇੱਕ ਮੌਕਾ ਐਸਾ ਆਇਆ ਜਦੋਂ ਇੱਕ ਬੰਦਾ, ਹੀ ਵਾਜ਼ ਨੋਟ ਏ ਪਾਰਟੀ, ਉਹ ਪਾਰਟੀ ਨਹੀਂ ਸੀਗਾ, ਕੱਲਾ ਇੱਕ ਸਿੱਖ, ਤੇ ਸਾਰਿਆਂ ਨੇ ਉਸ ਸਿੱਖ ਨੂੰ ਪ੍ਰਧਾਨ ਮੰਤਰੀ ਤਸਲੀਮ ਕਰ ਰਿਹਾ। ਇਹ ਤੋਂ ਵੱਡਾ ਤੁਸੀਂ ਕੀ ਮੰਗਦੇ ਹੋ? ਇਹ ਤਾਂ ਬਹੁਤ ਪੁਰਾਣੀ ਗੱਲ ਆ। ਉਸ ਤੋਂ 10 ਸਾਲ ਹੋ ਗਏ ਉਸ ਗੱਲ ਨੂੰ, ਨਹੀਂ ਉਸ ਗੱਲ ਨੂੰ 10 ਸਾਲ ਹੋ ਗਏ। 10 ਸਾਲ 'ਚ ਤੁਸੀਂ 4 ਪਾਰਟੀਆਂ ਬਦਲ ਲਈਆਂ ਉਸ ਵੇਲੇ, ਇਹ ਤਾਂ 10 ਸਾਲ ਪਹਿਲਾਂ ਗੱਲ ਕਰਦੇ। ਅਸੀਂ 10 ਸਾਲਾਂ 'ਚ ਕੋਈ ਪਾਰਟੀ ਨਹੀਂ ਬਦਲੀ, ਮਰਜ ਕੀਤੀਆਂ, ਮਤਲਬ ਨਹੀਂ ਮਰਜ ਕਹਿ ਰਿਹਾ, ਸਹਿਯੋਗ ਕੀਤਾ, ਗੱਠਜੋੜ ਕੀਤਾ, ਗੱਠਜੋੜ ਬਾਹਰੋਂ ਸਪੋਰਟ ਕੀਤੀ। ਮੈਂ ਤੁਹਾਡੇ ਕੈਮਰੇ ਤੇ ਕੁਛ ਕਹਿ ਰਿਹਾ, ਤੁਹਾਡੇ ਮਨ 'ਚ ਕੀ ਆ ਮੈਂ ਨਹੀਂ ਦੱਸ ਸਕਦਾ। ਜਿਹੜੀ ਅਸੀਂ ਕੰਡੀਸ਼ਨਲ ਸਪੋਰਟ ਕੀਤੀ ਉਹਦੇ 'ਚ ਸੀ ਕਿ ਪਾਕਿਸਤਾਨ ਦਾ ਬਾਰਡਰ ਪਹਿਲੀ ਕੰਡੀਸ਼ਨ ਸੀ ਖੁੱਲੂਗਾ, ਦੂਜੀ ਸ਼ਰਤ ਸੀ ਕਿਸਾਨਾਂ ਨੂੰ ਜਿਣਸ ਦਾ ਮੁੱਲ ਮਿਲੂਗਾ। ਦੋਨੇ ਗੱਲਾਂ ਤੋਂ ਬੀਜੇਪੀ ਨੇ ਜਦੋਂ ਨਹੀਂ ਕੀਤੀਆਂ ਜਿਹੜੀਆਂ ਉਹ ਕਰ ਸਕਦੇ, ਜੇ ਉਹ 50 ਫੁੱਟ ਦੇ ਬਾਰਡਰ ਦੀ ਰਖਵਾਲੀ ਨਹੀਂ ਕਰ ਸਕਦੇ ਪੰਜਾਬ 'ਚ, ਰਾਜਸਥਾਨ 'ਚ ਖੁੱਲ੍ਹਾ, ਜੇ ਪੰਜਾਬ 'ਚ 50 ਫੁੱਟ ਦੇ ਬਾਰਡਰ ਦੀ ਰਾਖੀ ਬੀਜੇਪੀ ਵਾਲੇ ਨਹੀਂ ਕਰ ਸਕਦੇ, ਉਹ ਦੇਸ਼ ਕਿਵੇਂ ਚਲਾ ਲੈਣਗੇ? ਕਾਂਗਰਸ ਨਾਲ ਕੀ ਕਮਿਟਮੈਂਟ ਹੋਈ ਹੈ, ਉਹਨਾਂ ਨੇ ਕੀ ਵਾਅਦਾ ਕੀਤਾ? ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਕੋਈ ਕਮਿਟਮੈਂਟ ਨਹੀਂ ਕੀਤੀ, ਕੁਛ ਮੰਗਿਆ ਨਹੀਂ। ਇਹ ਆ ਵੀ ਰਾਜਾ ਸਾਡਾ ਪੁਰਾਣਾ ਸਾਥੀ ਹੈ ਅਤੇ ਉਹ ਯੋਧਾ ਆਦਮੀ ਹੈ, ਉਹ ਜੋ ਕਹਿੰਦਾ ਸਾਡੇ ਵਾਲੀ ਨੇਚਰ ਆ ਉਹਦੀ। ਜਦੋਂ ਸੁਭਾਅ ਰਲ ਜਾਣ ਸਰਸਾ, ਫਿਰ ਕਈ ਕੁਛ ਤਿਆਗ ਦੇਈਦਾ, ਵੀ ਆਪਣੇ ਸੁਭਾਅ ਦਾ ਬੰਦਾ, ਲੋਕਾਂ ਦੀ ਸੇਵਾ ਕਰਨ ਵਾਲਾ ਬੰਦਾ, ਅਤੇ ਉਹਦੀ ਸਪੋਰਟ ਵਾਸਤੇ ਅਸੀਂ ਆਪਣੀ ਪਾਰਟੀ ਮਰਜ ਕਰਤੀ। ਇਹ ਪਰਮਾਨੈਂਟ ਹੈ ਜਾਂ ਟੈਂਪਰੇਰੀ ਹੈ? ਮੈਂ ਇੱਕ ਫਿਰ ਬੇਨਤੀ ਕਰਾਂ, ਇਹ ਜਿਹੜਾ ਆਸਵਾਸ਼ਨ ਤੁਸੀਂ ਪੁੱਛ ਰਹੇ ਹੋ, ਲਓ ਮੈਂ ਕਹਿੰਦਾ ਅਗਲੇ ਸਾਹ ਦਾ ਭਰੋਸਾ ਨਹੀਂ। ਮੇਰਾ ਗੁਰੂ ਕਹਿੰਦਾ ਹਮ ਆਦਮੀ ਹਾਂ ਇੱਕਦਮ, ਸਿਰਫ ਇੱਕੋ ਸਾਹ ਦਾ ਭਰੋਸਾ, ਸਹੁੰ ਖਾਓ ਜੀ ਦੀ, ਨਾ ਪੁੱਤ ਦੀ ਨਾ ਧੀ ਦੀ, ਸਹੁੰ ਆਪਣੀ ਖਾਧੀ ਜਾ ਸਕਦੀ ਹੈ, ਵੀ ਆਰ ਪਰਮਾਨੈਂਟ। ਸਹੁੰ ਖਾ ਕੇ ਕਹਿ ਰਹੇ ਹੋ ਵੀਰ ਜੀ? ਮੈਂ ਸਹੁੰ ਖਾ ਕੇ, ਦੇਖੋ ਸਹੁੰ ਖਾਣੀ ਨਹੀਂ ਚਾਹੀਦੀ, ਸਾਡੀ ਧਰਮ ਅਨੁਸਾਰ ਸਹੁੰ ਨਹੀਂ ਖਾਣੀ ਚਾਹੀਦੀ, ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਅਸੀਂ ਪਰਮਾਨੈਂਟਲੀ ਕਾਂਗਰਸ 'ਚ ਮਰਜ ਕੀਤਾ। ਇੱਕ ਤਾਂ ਹੁੰਦਾ ਨਾ ਜੁਆਇਨ ਕੀਤਾ, ਅਸੀਂ ਪਾਰਟੀ ਭੰਗ ਕੀਤੀ, ਸਾਰੀ ਦੀ ਸਾਰੀ ਪਾਰਟੀ, ਭਾਵੇਂ ਉਹ ਅੰਮ੍ਰਿਤਸਰੋਂ ਹੋਵੇ ਭਾਵੇਂ ਫਿਰੋਜ਼ਪੁਰੋਂ ਹੋਵੇ, ਜਿਹੜਾ ਸਾਡੀ ਪਾਰਟੀ ਦਾ ਮੈਂਬਰ ਆ ਉਹ ਸਾਰੇ ਦਾ ਸਾਰਾ ਪੂਰ ਕਾਂਗਰਸ ਵਿੱਚ ਸ਼ਾਮਲ। 84 ਅਤੇ ਦਰਬਾਰ ਸਾਹਿਬ ਮਾਫ਼ੀ ਤੁਹਾਡੇ ਵੱਲੋਂ ਦੇ ਦਿੱਤੀ ਗਈ ਕਿ ਠੀਕ ਆ, ਜੋ ਹੋਇਆ ਉਹਨਾਂ ਨੇ ਮਾਫ਼ੀ ਮੰਗੀ, ਹੁਣ ਅਸੀਂ ਸਾਡਾ ਵੀ ਦਰਦ ਖਤਮ ਹੋ ਜਾਂਦਾ। ਦੇਖੋ ਗੱਲ ਇਹ ਆ, ਤੁਸੀਂ ਰਿਕਾਰਡਿੰਗ ਕਰ ਰਹੇ ਹੋ ਪਰ ਇਹਨੂੰ ਚਲਾਉਣਾ ਤੁਹਾਡੇ ਵੱਸ ਵਿੱਚ ਨਹੀਂ, ਇਹਨੂੰ ਚਲਾਉਣਾ ਤੁਹਾਡੀ ਹਾਇਰ ਅਥਾਰਟੀ ਨੇ ਹੈ। ਬਲਵਿੰਦਰ ਸਿੰਘ ਬੈਂਸ ਇਕੱਲਾ ਕੀ ਚੀਜ਼ ਹੈ ਕਿਸੇ ਨੂੰ ਮਾਫ਼ੀ ਦੇਣ ਵਾਲਾ? ਇਹ ਕੌਮ ਨੇ ਦੇਖਣਾ,
ਇਹ ਕੌਮ ਦਾ ਸਵਾਲ ਆ, ਕੌਮ ਫੈਸਲਾ ਕਰ ਸਕਦੀ ਹੈ, ਉਹਦਾ ਫੈਸਲਾ ਕੋਈ ਇੱਕ ਵਿਸ਼ੇਸ਼ ਵਿਅਕਤੀ ਨਹੀਂ ਕਰ ਸਕਦਾ। ਕਈ ਵਾਰੀ ਐਸੀ ਸਥਿਤੀ ਆਈ, ਇੱਕ ਬੰਦਾ ਬੋਲਿਆ, ਬਾਕੀ ਕੌਮ ਨੇ ਮੰਨਿਆ ਨਹੀਂ, ਗੱਲ ਫਿਰ ਉੱਥੇ ਦੀ ਉੱਥੇ ਰਹਿ ਗਈ। ਇਸ ਕਰਕੇ ਤੁਸੀਂ ਸਵਾਲ ਅੱਜ ਜਿਹੜੇ ਕਰਨ ਆਏ ਹੋ, ਅੱਜ ਹੈਗਾ ਚੋਣ ਦਾ ਮਾਹੌਲ, ਰਾਜਨੀਤਿਕ ਸਵਾਲ ਕਰੋ, ਮੈਨੂੰ ਖੁਸ਼ੀ ਹੋਏ ਮੈਂ ਜਵਾਬ ਦਿਆਂ। ਨਹੀਂ, ਇਸ ਕਰਕੇ ਵੀ ਸੀਗਾ ਕਿਉਂਕਿ ਤੁਹਾਡੇ ਜਿਹੜੇ ਵਰਕਰ ਸਪੋਰਟਰ ਨੇ ਉਹ ਬਹੁਤ ਸਾਰੇ ਸਾਡੇ ਕੋਲ ਸਵਾਲ ਆ ਰਹੇ ਸੀਗੇ ਕਿ ਪੁੱਛੀਓ ਜ਼ਰੂਰ ਉਹਨਾਂ ਤੋਂ ਕਿ ਕੀ ਪੁੱਛ ਲਓ। ਹਾਂ, ਇਹੀ ਕਹਿ ਰਹੇ ਸੀ ਕਿ ਕਾਂਗਰਸ ਪਰਮਾਨੈਂਟ, ਅਸੀਂ ਇਹਨਾਂ ਦੇ ਖਿਲਾਫ ਬੋਲੀਏ ਜਾਂ ਇਹਨਾਂ ਦੇ ਹੱਕ 'ਚ ਬੋਲੀਏ, ਅਸੀਂ ਕੀ ਕਰੀਏ? ਕਿਉਂਕਿ ਅਸੀਂ ਥੋੜ੍ਹੇ ਦਿਨ ਪਹਿਲਾਂ BJP ਦੇ ਹੱਕ 'ਚ ਬੋਲ ਰਹੇ ਸੀ, ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਕ 'ਚ ਬੋਲ ਰਹੇ ਸੀ। ਜੀ ਨਹੀਂ, ਮੈਂ ਆਮ ਆਦਮੀ ਪਾਰਟੀ ਦੇ ਹੱਕ 'ਚ ਜਦੋਂ ਦੀ ਸਰਕਾਰ ਬਣੀ ਆ, ਇੱਕ ਰਿਕਾਰਡਿੰਗ ਦਿਖਾ ਦਿਓ ਜਦੋਂ ਮੈਂ ਉਹਨਾਂ ਦੇ ਹੱਕ 'ਚ ਬੋਲਿਆ ਹੋਵਾਂ। ਹਰ ਗੱਲ ਨਾਲ ਕਹਿਣਾ ਕਿ ਮਾਸਟਰ ਦਾ ਮੁੰਡਾ, ਮਾਸਟਰ ਦਾ ਮੁੰਡਾ, ਯਾਰ ਦੁਨੀਆ ਜਾਣਦੀ ਹੈ ਵੀ ਤੂੰ ਮਾਸਟਰ ਦਾ ਮੁੰਡਾ ਆ। ਝੂਠਾ ਪਾਣੀ ਸਿਰ 'ਚ ਪਾ ਲਏ, ਆਪਣੇ ਝੂਠਾ ਪਾਣੀ ਆਪਣੇ ਸਿਰ 'ਚ ਪਾ ਲਏ, ਅਤੇ ਇਦੋਂ ਵੱਡੀ ਬੇਅਦਬੀ ਕੀ ਹੋ ਸਕਦੀ? ਇੱਥੋਂ ਅਕਲ ਦਾ ਅੰਦਾਜ਼ਾ ਲੱਗ ਜਾਂਦਾ। ਛੋਟੇ ਵੀਰ, ਕਦੇ ਕੁੱਕਰ 'ਚ ਹੱਥ ਨਹੀਂ ਬੀਬੀਆਂ ਪਾਉਂਦੀਆਂ, ਇੱਕ ਦਾਣਾ ਕੜਛੀ ਤੋਂ ਚੁੱਕ ਕੇ ਐਂ ਕਰਕੇ ਦੇਖਦੀਆਂ ਵੀ ਦਾਲ ਰਿੱਝ ਗਈ ਜਾਂ ਕੱਚੀ ਆ। ਜੇ ਤੁਹਾਨੂੰ ਅਜੇ ਨਹੀਂ ਭਰੋਸਾ, ਅੱਗੇ ਅੱਗੇ ਦੇਖੋ ਹੁੰਦਾ ਹੈ ਕਿਆ। ਮੈਂ ਸਾਹਿਬ, ਕਿਉਂਕਿ ਫਾਈਟ ਬੜੀ ਟਫ ਹੈ, ਇੱਕ ਪਾਸੇ ਕਾਂਗਰਸ ਦੇ ਪ੍ਰਧਾਨ ਨੇ ਸੂਬੇ ਦੇ, ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਨੇ ਜਿਹੜੇ ਲਗਾਤਾਰ ਇੱਥੋਂ ਜਿੱਤੇ ਨੇ। ਬਿੱਟੂ ਹੋਰਾਂ ਨਾਲ ਥੋੜ੍ਹੀ ਦੇਰ ਪਹਿਲਾਂ ਗੱਲਬਾਤ ਹੋਈ ਸੀ, ਉਹ ਕਹਿੰਦੇ ਕਿ ਬੈਂਸ ਹੋਰਾਂ ਨੂੰ ਕਾਂਗਰਸ 'ਚ ਮਰਜ ਕਰਵਾਉਣਾ ਮੈਨੂੰ ਫਾਇਦਾ ਵਾ। ਉਹ ਤੁਹਾਡੇ ਪੁਰਾਣੇ ਕੇਸ ਨੂੰ ਲੈ ਕੇ ਕਹਿ ਰਹੇ ਨੇ ਕਿ ਕਿਵੇਂ ਲੋਕਾਂ 'ਚ ਅੰਮ੍ਰਿਤਾ ਵੜਿੰਗ ਜਾਣਗੇ, ਉਹ ਇਸ ਗੱਲ 'ਤੇ ਤੁਹਾਡੇ 'ਤੇ ਨਿਸ਼ਾਨਾ ਸਾਧ ਰਹੇ ਨੇ। ਨੋ ਡਾਊਟ, ਮੇਰੇ ਉੱਤੇ, ਮੈਂ ਪਹਿਲਾਂ ਤੁਹਾਡੇ ਸਵਾਲ ਤੋਂ ਵੀ ਪਹਿਲਾਂ ਕਹਿ ਦਿੱਤਾ ਵੀ ਮੇਰੇ ਉੱਤੇ ਤਕਰੀਬਨ 2.5 ਦਰਜਨ ਤੋਂ ਉੱਤੇ ਮੁਕੱਦਮੇ ਆ। ਕਿਸੇ ਦੇ ਉੱਤੇ ਮੁਕੱਦਮਾ ਕਰ ਦੇਣਾ, FIR ਦਰਜ ਕਰ ਦੇਣੀ, ਉਹ ਦੋਸ਼ੀ ਨਹੀਂ ਹੋ ਜਾਂਦਾ? ਅਦਾਲਤ ਨੇ ਉਹ ਕਸੂਰਵਾਰ ਆ ਬੇਕਸੂਰ ਆ, ਅਦਾਲਤ ਨੇ ਤੈਅ ਕਰਨਾ। ਮੈਂ ਪੁੱਛਣਾ ਚਾਹੂੰਗਾ ਰਵਨੀਤ ਬਿੱਟੂ ਜੀ ਹੋਰਾਂ ਨੂੰ, ਉਹਨਾਂ ਦਾ ਬ੍ਰਦਰ ਗੁਰਕੀਰਤ ਕਾਂਗਰਸ, ਉਹਨਾਂ ਨੇ ਉਹਨੂੰ ਘਰੋਂ ਕੱਢਿਆ ਸੀਗਾ? ਸਿਮਰਜੀਤ ਬੈਂਸ 'ਤੇ ਤਾਂ ਖਾਲੀ ਆਰੋਪ ਹੈਗੇ ਆ, ਮੈਨੂੰ ਅਦਾਲਤ 'ਤੇ ਪੂਰਨ ਭਰੋਸਾ, ਮੈਂ ਸੱਚਾ, ਮੈਂ ਝੂਠਾ ਅਦਾਲਤ ਨੇ ਫੈਸਲਾ ਕਰਨਾ। 30 ਮੁਕੱਦਮੇ ਜਿਹੜੇ ਅੰਡਰ ਟ੍ਰਾਇਲ, 30 ਦੇ ਵਿੱਚੋਂ ਮੇਰਾ ਖਿਆਲ ਹਰ ਸਾਲ ਮੈਂ 5-6 ਮੁਕੱਦਮਿਆਂ 'ਚੋਂ ਬਰੀ ਹੁੰਦਾ, ਅਤੇ ਸਮੇਂ ਦੀਆਂ ਹਕੂਮਤਾਂ ਜਿਨ੍ਹਾਂ ਦੇ ਬੈਂਸ ਰਾਹ ਦੇ ਵਿੱਚ ਅੜਿੱਕਾ ਬਣਦਾ, ਉਹ 5-4 ਹੋਰ ਦਰਜ ਕਰ ਦਿੰਦੇ ਆ। ਮੈਂ ਫਿਰ ਕਹੂੰਗਾ, ਰਵਨੀਤ ਬਿੱਟੂ ਜੀ, ਢਿੱਲੋਂ ਸਾਹਿਬ, ਪੱਪੀ ਪਰਾਸ਼ਰ, ਮੈਂ ਸਭ ਦਾ ਰਿਸਪੈਕਟ ਕਰਦਾ। ਇਸ ਇੰਟਰਵਿਊ ਤੋਂ ਬਾਅਦ ਮੈਂ ਤੁਹਾਨੂੰ ਬਿੱਟੂ ਜੀ ਦੀ ਇੱਕ ਆਡੀਓ ਰਿਕਾਰਡਿੰਗ ਸੁਣਾਊਂਗਾ, ਜਿਹਦੇ ਵਿੱਚ ਉਹ ਗਿੜਗਿੜਾ ਰਹੇ ਆ ਮੇਰੇ ਅੱਗੇ। ਇੱਕ ਨਹੀਂ, 5-7 ਰਿਕਾਰਡਿੰਗਾਂ ਹੋਣਗੀਆਂ ਵੀ ਤੂੰ ਕਿਰਪਾ ਕਰ, ਮੇਰਾ ਵਿਹੜਾ ਤਾਂ ਬੰਨੇ ਲੱਗਦਾ, ਤੂੰ BJP ਦੇ ਵਿੱਚ ਆ। ਜਦੋਂ ਉਹਨਾਂ ਨੂੰ BJP ਦੀ ਟਿਕਟ ਮਿਲ ਜਾਂਦੀ ਹੈ, ਉਸ ਤੋਂ ਬਾਅਦ ਮੈਂ 15-20 ਦਿਨ ਪਹਿਲਾਂ ਦੀ ਗੱਲ, ਕਾਂਗਰਸ ਸ਼ਾਮਲ ਨਹੀਂ ਹੋਇਆ, ਮੈਂ ਨਿਊਟਰਲ ਬੈਠਾ। ਉਹ ਰਿਕਾਰਡਿੰਗ ਮੈਂ ਤੁਹਾਨੂੰ ਸੁਣਾਉਣੀ ਆ, ਕੈਮਰੇ 'ਤੇ ਨਹੀਂ, ਪਬਲਿਕ ਨਹੀਂ ਕਰਨੀ, ਠੀਕ ਹੈ? ਮੈਂ ਉਹਨਾਂ ਵਰਗੀ ਨੀਚ ਰਾਜਨੀਤੀ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਪਰ ਮੈਂ ਤੁਹਾਨੂੰ ਜ਼ਰੂਰ ਸੁਣਾਉਣੀ ਆ। ਉਹੀ ਰਵਨੀਤ ਬਿੱਟੂ ਜਦੋਂ ਬੈਂਸ ਕਾਂਗਰਸ 'ਚ ਨਹੀਂ ਗਿਆ, ਨਿਊਟਰਲ ਬੈਠਾ, ਅਤੇ ਉਹ ਮਿੰਨਤਾਂ ਕਰਦਾ, ਉਦੋਂ ਬੈਂਸ ਨਾ ਰੇਪਿਸਟ ਹੈ, ਨਾ ਉਹ ਮੁਕੱਦਮੇ ਜਿਹੜੇ 2.5 ਦਰਜਨ ਤੋਂ ਜ਼ਿਆਦਾ, ਨਾ ਉਹ ਟੈਕਸ ਚੋਰ ਆ, ਨਾ ਉਹ ਜ਼ਮੀਨਾਂ ਜਾਇਦਾਦਾਂ ਦੱਬਣ ਵਾਲਾ। ਅਤੇ ਜੇ ਬੈਂਸ ਬਿੱਟੂ ਦੀ ਪਾਰਟੀ ਨਹੀਂ ਜਾਂਦਾ, ਫਿਰ ਉਹ ਰੇਪਿਸਟ ਵੀ ਆ, ਉਹ ਜ਼ਮੀਨਾਂ ਜਾਇਦਾਦਾਂ ਦੱਬਣ ਵਾਲਾ ਵੀ ਆ, ਉਹ ਟੈਕਸ ਚੋਰ ਵੀ ਆ। ਸੋ ਮੈਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ।
ਉਹ ਕਹਿੰਦੇ ਕਿ ਬੀਜੇਪੀ ਨੇ ਹਾਈਕਮਾਂਡ ਨੇ ਮਨਾ ਕਰ ਦਿੱਤਾ ਸੀ ਬੈਂਸ ਭਰਾਵਾਂ ਨੂੰ, ਇਹ ਸਵਾਲ ਉਹਨਾਂ ਨੂੰ ਪੁੱਛਿਆ ਸੀ, ਕਹਿੰਦੇ ਮਨਾ ਕਰ ਦਿੱਤਾ। ਜਿਹੜੀ ਮੇਰੀ ਅਤੇ ਬਿੱਟੂ ਜੀ ਹੋਰਾਂ ਦੀ ਜਾਂ ਜਿਹੜੀ ਮੇਰੀ ਅਤੇ ਬੀਜੇਪੀ ਦੇ ਲੀਡਰਸ ਦੀਆਂ, ਮੇਰਾ ਫੋਨ ਆਲਵੇਜ਼ ਰਿਕਾਰਡਿੰਗ 'ਤੇ ਆ, ਉਹ ਤਾਂ ਨਹੀਂ ਝੂਠ ਬੋਲਦੀਆਂ। ਜੋ ਬਿੱਟੂ ਜੀ ਬੋਲ ਰਹੇ ਉਹ ਸੁਣੂੰਗਾ, ਜੋ ਮੈਂ ਜਵਾਬ ਦੇ ਰਿਹਾ ਉਹ ਤੁਹਾਨੂੰ ਸੁਣੂੰਗਾ। ਸੋ ਮੈਂ ਇਸ ਕਿਸਮ ਦੀ ਘਟੀਆ ਰਾਜਨੀਤੀ 'ਚ ਨਹੀਂ ਜਾਂਦਾ। ਅੱਛਾ, ਇੱਕ ਚੀਜ਼ ਹੋਰ ਹੈ, ਕਿਉਂਕਿ ਪਾਰਟੀ ਮਰਜ ਕਰਨਾ ਬਹੁਤ ਵੱਡਾ ਫੈਸਲਾ, ਮਤਲਬ ਤੁਸੀਂ ਬੜੇ ਇੱਕ ਛੋਟਾ ਜਿਹਾ ਬੂਟਾ ਲਾਇਆ ਉਹਨੂੰ ਵੱਡਾ ਕੀਤਾ, ਫੁੱਲ ਲੱਗੇ ਫਲ ਲੱਗੇ, ਔਰ ਇੱਕਦਮ ਉਹ ਬੂਟਾ ਕਿਸੇ ਹੋਰ ਘਰ ਭੇਜ ਦੇਣਾ। ਉਹ ਕਈ ਵਾਰ ਅਜਿਹਾ ਹੁੰਦਾ ਕਿ ਜਦੋਂ ਟਿਕਟ ਮਿਲਣੀ ਹੁੰਦੀ ਹੈ ਕਿ ਲੋਕ ਸਭਾ ਦੀ ਟਿਕਟ ਮਿਲ ਜਾਏਗੀ ਕਾਂਗਰਸ ਦੀ, ਔਰ ਇਸ ਕਰਕੇ ਇਹ ਬੂਟਾ ਜਿਹੜਾ ਦੂਜੇ ਘਰ ਭੇਜ ਦਿੰਦੇ, ਲੇਕਿਨ ਟਿਕਟ ਤਾਂ ਆਲਰੇਡੀ ਰਾਜਾ ਵੜਿੰਗ ਕੋਲ ਸੀ। ਫਿਰ ਅਜਿਹਾ ਕੀ ਹੋਇਆ, ਮਤਲਬ ਵਿਧਾਨ ਸਭਾ ਦੀਆਂ ਦੋ ਟਿਕਟਾਂ ਨੂੰ ਲੈ ਕੇ ਗੱਲਬਾਤ ਹੋਈ ਜਾਂ ਲੋਕ ਸਭਾ ਦੀ ਕੀ ਗੱਲਬਾਤ ਹੋਈ, ਕੀ ਕੁਛ ਹੋਇਆ? ਮੈਂ ਇੱਦਾਂ ਮੰਗਣ ਵਾਲਿਆਂ 'ਚੋਂ ਹੈ ਨਹੀਂ, ਇੱਦਾਂ ਮੰਗਣ ਵਾਲਿਆਂ 'ਚੋਂ ਨਹੀਂ, ਮੈਂ ਕੰਡੀਸ਼ਨ ਲਾ ਕੇ ਜਾਣ ਵਾਲਿਆਂ 'ਚੋਂ ਨਹੀਂ। ਮੈਂ ਆਪਣਾ ਰਾਜਨੀਤਿਕ ਕੱਦ ਛੋਟਾ ਨਹੀਂ ਕਰਨਾ। ਤੁਸੀਂ ਨਿਊਜ਼ 18 ਦੇ ਵਿੱਚ ਹੋ, ਤੁਹਾਡਾ ਕਰਮ ਤੁਹਾਡੇ ਮਾਲਕਾਂ ਦੀ ਨਿਗਾਹ ਦੇ ਵਿੱਚ, ਤੁਹਾਡੇ ਚੈਨਲ ਦੀ ਨਿਗਾਹ ਦੇ ਵਿੱਚ ਤੁਹਾਡੀ ਸਪੇਸ ਬਣਾ ਦਿੰਦਾ ਤੁਹਾਡਾ ਕਰਮ, ਵੀ ਪੰਕਜ ਭਾਈ ਕੀ ਕਰਦਾ, ਇਹ ਕਰਮ ਹੈਗਾ। ਮੈਂ ਨਾ ਲੋਕ ਸਭਾ, ਨਾ ਵਿਧਾਨ ਸਭਾ, ਨਾ ਕੋਈ ਦੂਸਰਾ, ਨਾ ਤੀਸਰਾ, ਨਾ ਚੇਅਰਮੈਨ, ਨਹੀਂ, ਮੈਂ ਕੋਈ ਕੰਡੀਸ਼ਨ ਲਾ ਕੇ ਆਪਣਾ ਕੱਦ ਛੋਟਾ ਕਰਕੇ ਕਿਸੇ ਲੀਡਰ ਅੱਗੇ ਨਹੀਂ ਗਿਆ। ਕਰਮ ਕੀਤਾ, ਕਰਮ ਕਰਕੇ ਬੈਂਸ ਬ੍ਰਦਰ ਦਾ ਨਾਮ ਇਕੱਲਾ ਪੰਜਾਬ ਨਹੀਂ, ਪੂਰੀ ਦੁਨੀਆ ਦੇ ਅੰਦਰ ਵੱਸਦੇ ਪੰਜਾਬੀ ਜਗਤ ਦੇ ਵਿੱਚ ਉਹ ਸਿਰਫ ਅਤੇ ਸਿਰਫ ਡਿਊ ਟੂ ਕੰਮ ਇਮਾਨਦਾਰੀ ਦੇ ਨਾਲ ਮਾਤੜ ਆ ਗਿਆ, ਉਹਨੂੰ ਕਿਹਾ ਗੱਲ ਹੀ ਕੋਈ ਨਹੀਂ। ਮੈਨੂੰ ਸਤਿਕਾਰਯੋਗ ਰਾਹੁਲ ਗਾਂਧੀ ਜੀ ਕੀ ਪੁੱਛਦੇ ਆ, ਮੈਂ ਇਹ ਪੁੱਛਣ ਲੱਗਾ। ਅਗਲਾ ਸਵਾਲ ਇਹੀ ਸੀ, ਰਾਹੁਲ ਗਾਂਧੀ ਹੋਰਾਂ ਨਾਲ ਤੁਸੀਂ ਮਿਲੇ, ਤਸਵੀਰ ਦੇਖੀ, ਕੀ ਗੱਲਬਾਤ ਹੋਈ, ਕੋਈ ਮਸਲੇ 'ਤੇ ਗੱਲਬਾਤ ਹੋਈ ਜਾਂ ਕੀ ਗੱਲਬਾਤ ਹੋਈ? ਮੈਨੂੰ ਪੁੱਛਦਾ, ਕਹਿੰਦਾ ਤੇਰੀ ਪਾਰਟੀ ਦਾ ਜਿਹੜੀ ਤੂੰ ਪਾਰਟੀ ਕਾਂਗਰਸ 'ਚ ਮਰਜ ਕਰਨ ਲੱਗਿਆ ਉਹਦਾ ਏਮ ਕੀ ਆ? ਅਤੇ ਮੈਂ ਉਹਨੂੰ ਸਿੰਪਲ ਦੋ ਲਾਈਨਾਂ ਦਾ ਜਵਾਬ ਦਿੱਤਾ, ਮੈਂ ਟੂ ਸਰਵ ਦਾ ਹਿਊਮੈਨਿਟੀ ਵਿਦ ਵੈਰੀ ਮੱਚ ਓਨੈਸਟੀ। ਮੈਂ ਸਰ ਜਿੱਥੇ ਪੰਜਾਬ ਦੇ ਵਿੱਚ ਕਿਸੇ ਦਾ ਕੰਮ ਅੜ ਜਾਵੇ, ਉਹ ਕਹਿੰਦੇ ਬੈਂਸ ਕੋਲ ਚੱਲੋ, ਇਹ ਪਰਸੈਪਸ਼ਨ ਬਣੀ ਹੈ। ਮੈਂ ਕਹਿੰਦਾ ਬਹੁਤ ਵੱਡਾ ਅਵਾਰਡ ਹੈਗਾ ਮੇਰੇ ਵਾਸਤੇ, ਕਰਦਾ ਗੁਰੂ ਆ, ਮੈਂ ਹੰਕਾਰੀ ਨਹੀਂ ਹੈਗਾ, ਕਰਦੀ ਕੁਦਰਤ ਤੇ ਗੁਰੂ ਆ, ਪਰ ਮੈਂ ਜ਼ਰੀਆ ਬਣਦਾ, ਮੈਂ ਜ਼ਰੀਆ ਇਮਾਨਦਾਰੀ ਵਾਲਾ ਬਣਦਾ। ਔਰ ਮੈਂ ਇਹ ਕਹਿੰਦਾ ਮੈਂ 10 ਸਾਲ ਨਗਰ ਨਿਗਮ ਕੌਂਸਲਰ, 10 ਸਾਲ MLA, ਅਤੇ ਹੁਣ 2 ਸਾਲ ਤੋਂ ਮੈਂ ਹਾਰਿਆ ਹੋਇਆ MLA ਹਾਂ। 2 ਸਾਲ ਹਾਰੇ ਹੋਏ MLA ਦੇ ਕੋਲ ਕੋਈ ਸ਼ਹਿਰ ਦਾ ਬੰਦਾ ਜਾਂ ਪੰਜਾਬ ਦਾ ਬੰਦਾ ਕੰਮ ਲੈ ਕੇ ਆਇਆ ਹੋਵੇ, ਬਾਂਹ ਖੜੀ ਕਰਕੇ ਕਹਿ ਦੇਵੇ ਵੀ ਮੈਂ ਹਾਰੇ MLA ਕੋਲ ਗਿਆ ਸੀ ਅਤੇ ਮੇਰਾ ਕੰਮ ਨਹੀਂ ਹੋਇਆ। ਜੇ ਬਿਊਰੋਕਰੇਸੀ ਅੱਜ ਹਾਰੇ ਹੋਏ MLA ਦੇ ਕੰਮ ਕਰਦੀ ਹੈ ਤਾਂ ਉਹਦੇ ਪਿੱਛੇ ਇਮਾਨਦਾਰੀ ਬੋਲਦੀ। ਅੱਛਾ, ਮੈਂ 4-5 ਲੀਡਰਾਂ ਦਾ ਨਾਮ ਲਊਂਗਾ, ਇੱਕ ਇੱਕ ਲਾਈਨ 'ਚ ਜੇ ਤੁਸੀਂ ਡਿਸਕ੍ਰਾਈਬ ਕਰ ਸਕੋ। ਸਭ ਤੋਂ ਪਹਿਲਾਂ ਨਰਿੰਦਰ ਮੋਦੀ। ਇਹ ਤੁਸੀਂ, ਮੈਨੂੰ ਪਤਾ ਹੀ ਨਹੀਂ ਕਿੱਦਾਂ ਦੇ ਸਵਾਲ ਤੁਸੀਂ ਲੈ ਕੇ ਆਉਂਦੇ ਹੋ। ਤੁਸੀਂ ਇੱਕ ਲਾਈਨ 'ਚ, ਇੱਕ ਜਦੋਂ ਸੋਚਦਾ ਇੱਕ ਲਾਈਨ 'ਚ, ਸਾਰੇ ਇਨਸਾਨ ਬੜੇ ਚੰਗੇ ਆ, ਤੁਸੀਂ 4 ਦਾ ਲਓ, 40 ਦਾ ਨਾਮ ਲਓ, ਸਾਰੇ ਇਹਨਾਂ ਕੋਲ ਪੁੱਛ ਲੈਣਾ। ਰਾਹੁਲ ਗਾਂਧੀ ਸੱਚ ਏ ਨਾਈਸ ਪਰਸਨ। ਕੈਪਟਨ ਅਮਰਿੰਦਰ ਸਿੰਘ ਦੋਗਲਾ। ਭਗਵੰਤ ਮਾਨ, ਉਹਦੇ ਬਾਰੇ ਕਹਿਣ ਦੀ ਲੋੜ ਨਹੀਂ, ਲੋਕ ਜਾਣਦੇ ਆ। ਰਵਨੀਤ ਬਿੱਟੂ, ਉਹਦੇ ਬਾਰੇ ਬਹੁਤਾ ਬੋਲਣ ਦੀ ਲੋੜ ਨਹੀਂ, ਤੁਸੀਂ ਫਿਰ ਬੋਲ ਹੀ ਨਹੀਂ ਰਹੇ ਕਿਸੇ ਦੇ, ਸਮਝੇ ਨਹੀਂ। ਰਵਨੀਤ ਬਿੱਟੂ ਜਿਹੜਾ ਝੂਠ ਦੇ ਸਹਾਰੇ ਲੋਕਾਂ ਨੂੰ ਮੂਰਖ ਬਣਾ ਕੇ ਚੱਲਿਆ ਜਾਏ, ਉਹ ਲੋਕ ਜਾਣਦੇ ਆ, ਇਸ ਕਰਕੇ ਉਹਦੇ ਲਈ ਬੋਲਣ ਦੀ ਲੋੜ ਨਹੀਂ। ਰਾਜਾ ਵੜਿੰਗ ਸੱਚ ਏ ਨਾਈਸ ਪਰਸਨ, ਬਹੁਤ ਵਧੀਆ ਬੰਦਾ। ਔਰ ਸੁਨੀਲ ਜਾਖੜ। ਜਾਖੜ ਬੰਦਾ ਵਧੀਆ, ਪਰ ਪਾਰਟੀ ਉਹਦੀ ਮੰਨੂਗੀ ਤਾਂ ਹੀ ਆ ਨਾ, ਉਹ ਵੱਡੀ ਪਾਰਟੀ 'ਚ ਆ, ਕੋਈ ਉਹਦੀ ਮੰਨ ਲਏ ਤਾਂ ਬਿਹਤਰ ਆ, ਪਰ ਉਹਦੀ ਕੋਈ ਮੰਨਦਾ ਨਹੀਂ। ਪ੍ਰਤਾਪ ਬਾਜਵਾ। ਬਾਜਵਾ ਸਾਹਿਬ ਨਾਲ ਮੇਰਾ ਬਹੁਤਾ ਵਾਹ ਨਹੀਂ ਪਿਆ ਕਦੀ, ਹੁਣ ਤਾਂ ਵਾਹ ਪੈਣਾ। ਆਹ ਪਊਗਾ, ਕੋਈ ਨਹੀਂ। ਚਰਨਜੀਤ ਸਿੰਘ ਚੰਨੀ।
ਚੰਨੀ ਸਾਹਿਬ ਮੇਰੇ ਨਾਲ 10 ਸਾਲ ਮੈਂਬਰ ਰਹੇ ਆ ਤੇ ਜਦੋਂ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਸਵਾਲ ਕੀਤਾ ਪਹਿਲਾਂ ਵਿਧਾਨ ਸਭਾ ਚ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੋਂ ਦੀ ਕਿਰਪਾਨ ਪਾਈ ਹੁੰਦੀ ਹੈ ਤੁਹਾਡੇ ਵਾਲੀ ਕਿੱਥੇ ਹੈ ਤੇ ਮੈਂ ਬੋਲ ਪਿਆ ਮੈਂ ਕਿਹਾ ਜੀ ਜੇ ਉਹ ਕਹਿਣ ਦਿਖਾ ਮੈਂ ਕਿਹਾ ਜੇ ਹੋਏਗੀ ਤਾਂ ਦਿਖਾਉਣਗੇ ਮੈਂ ਕਿਹਾ ਦੇਖੋ ਮੈਂ ਪਾਈ ਹੋਈ ਹੈ ਨਾ ਮੈਂ ਕਿਹਾ ਕਈ ਵਾਰੀ ਸਫ਼ਰ ਕਰਦਿਆਂ ਆਹ ਸ੍ਰੀ ਸਾਹਿਬ ਗਾਤਰੇ 'ਚੋਂ ਨਿਕਲ ਜਾਂਦੀ ਹੈ ਅਤੇ ਬੰਦਾ ਪਤੇ ਤੋਂ ਹੋ ਜਾਂਦਾ ਮੈਂ ਕਿਹਾ ਆਹ ਦੇਖ ਥੱਲੇ ਵੀ ਹੈਗੀ ਇੱਕ ਤਾਂ ਕਿ ਬੰਦਾ ਪਤੇ ਤਾਂ ਨਾ ਹੋਏ ਮੈਂ ਕਿਹਾ ਇਦੂ ਗਾਹ ਨਾ ਜਾਏ ਉਹ ਕਿਰਪਾਨ ਤੱਕ ਰਿਹਾ ਕਿਤੇ ਥੱਲੇ ਪੁੱਛ ਲਓ ਵੀ ਕਛਹਿਰਾ ਹੈਗਾ ਜਾਂ ਨਹੀਂ ਅਤੇ ਜਵਾਬ ਨਹੀਂ ਉਹਦਾ ਹੈਗਾ ਮੈਂ ਕਿਹਾ ਚੰਨੀ ਜੀ ਸਵਾਲ ਬਦਲੀ ਕਰ ਲਓ ਸੁਖਬੀਰ ਬਾਦਲ ਤੁਸੀਂ ਨਾ ਹੀ ਲੈ ਰਹੇ ਸੀ ਉਹਨਾਂ ਬਾਰੇ ਕੀ ਰਹੇ ਉਹ ਅਸਲ 'ਚ ਕਹਿੰਦਾ ਕੁਛ ਹੋਰ ਹੈ ਅਤੇ ਕਰਦਾ ਕੁਛ ਹੋਰ ਆ ਹੁਣ ਢੀਂਡਸਰ ਸਾਹਿਬ ਨਾਲ ਵਾਇਦਾ ਕੀਤਾ ਸੀ ਨਾ ਟਿਕਟ ਨਹੀਂ ਦਿੱਤੀ ਜੇ ਦੇ ਵੀ ਦਿੰਦੇ ਹੋਸ ਜਿੱਤ ਹਰ ਪਰਮੇਸ਼ਰ ਦੇ ਹੱਥ 'ਚ ਪਰ ਟਿਕਟ ਨਾ ਦੇ ਕੇ ਉਹਨੇ ਆਪਣਾ ਕੱਦ ਛੋਟਾ ਕਰ ਲਿਆ ਹੋਰ ਕੁਛ ਨਹੀਂ ਅੱਛਾ ਲਾਸਟ ਸਵਾਲ ਹੈ ਕਿੱਥੇ ਅਤੇ ਕਿਵੇਂ ਗੱਲ ਚੱਲੀ ਕਾਂਗਰਸ ਦੇ ਨਾਲ ਕਦੋਂ ਚੱਲੀ ਕਿੰਨੇ ਚਲਾਈ ਕਿਉਂ ਚੱਲੀ ਕਿਵੇਂ ਚੱਲੀ ਤੁਸੀਂ ਹੁਣੇ ਪੁੱਛਦੇ ਸੀ ਨਾ ਵੀ ਬੀਜੇਪੀ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਬੀਜੇਪੀ ਦਾ ਰੋਜ਼ ਸੁਨੇਹਾ ਆਇਆ ਅਤੇ ਮੈਂ ਇੱਕ ਦਿਨ ਅੱਕ ਕੇ ਕਹਿ ਦਿੱਤਾ ਕਿ ਜੇ ਮੈਂ ਬੀਜੇਪੀ 'ਚ ਆ ਜਾਵਾਂ ਫਿਰ ਮੈਨੂੰ ਮੌਤ ਨਹੀਂ ਆਊਗੀ ਕਹਿੰਦੇ ਜੋ ਤਾਂ ਡੈਫੀਨੇਟ ਆਊਗੀ ਅਤੇ ਮੈਂ ਕਿਹਾ ਮੂੰਹ ਕਾਲਾ ਕਰਕੇ ਨਹੀਂ ਮਰਨਾ ਮੈਂ ਅਸੀਂ ਜਵਾਬ ਦਿੱਤਾ ਨਾ ਕਿ ਉਹਨਾਂ ਨੇ ਸਾਨੂੰ ਸ਼ਾਮਿਲ ਨਹੀਂ ਕੀਤਾ ਅਸੀਂ ਜਵਾਬ ਦਿੱਤਾ ਕਾਂਗਰਸ ਕਦੋਂ ਕਿਵੇਂ ਕਿੰਨੇ ਚਲਾਈ ਮੈਂ ਸੱਜਣਾਂ ਦੇ ਨਾਂ ਲੈ ਸਕਦਾ ਪਰ ਮੈਂ ਛੋਟੀ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਜਿਨ੍ਹਾਂ ਨੇ ਅਪਰੋਚ ਕੀਤਾ ਕਿ ਆਹ ਬੀਜੇਪੀ 'ਚ ਆਹ ਬੀਜੇਪੀ 'ਚ ਮੈਂ ਕਿਹਾ ਨਹੀਂ ਮੈਂ ਨਹੀਂ ਇੱਕੋ ਜਵਾਬ ਸੀ ਮੈਂ ਆਪਣੇ ਭਰਾ ਨੂੰ ਵੀ ਜਵਾਬ ਦੇ ਦਿੱਤਾ ਇਹ ਗਲਤ ਫੈਸਲਾ ਸੀ ਜਿਹੜਾ ਤੁਸੀਂ ਉਹਨਾਂ ਨੂੰ ਸਮਰਥਨ ਦਿੱਤਾ ਗਲਤੀ ਇਨਸਾਨ ਕੋ ਹੁੰਦੀ ਕਈ ਵਾਰ ਸਿਆਸਤ 'ਚ ਫੈਸਲੇ ਉੱਤੇ ਥੱਲੇ ਹੋ ਜਾਂਦੇ ਆ ਫੈਸਲਾ ਗਲਤ ਨਹੀਂ ਸੀਗਾ ਸੋਚ ਉਹਨਾਂ ਦੀ ਗਲਤ ਨਿਕਲੀ ਅਸੀਂ ਤਾਂ ਉਹਨਾਂ ਤੇ ਭਰੋਸਾ ਕਰ ਲਿਆ ਕੋਈ ਨਹੀਂ ਭਰੋਸਾ ਕਰਨਾ ਗਲਤ ਸੀ ਆਫਟਰ ਇਲੈਕਸ਼ਨ ਤੁਸੀਂ ਬਾਰਡਰ ਖੋਲ ਦਿਓ ਆਫਟਰ ਇਲੈਕਸ਼ਨ ਤੁਸੀਂ ਕਿਸਾਨਾਂ ਦੇ ਮਸਲੇ ਹੱਲ ਕਰ ਦਿਓ ਸ਼ਾਇਦ 24 ਤੋਂ ਬਾਅਦ ਕਰ ਹੀ ਦਿੰਦੇ ਰਵਨੀਤ ਬਿੱਟੂ ਇਸ ਗੱਲ ਦਾ ਜ਼ਿਕਰ ਕਰ ਰਹੇ ਕਿ ਮੈਂ ਸਾਰਾ ਕੁਝ ਬਾਰਡਰ ਵੀ ਖਿਲਾਉਂਗਾ ਕਿਸਾਨਾਂ ਨਾਲ ਵੀ ਗੱਲ ਕਰੂੰਗਾ ਕੋਡ ਆਫ ਕੰਡਕਟ ਲੱਗਾ ਹੋਇਆ ਜੇ ਰਵਨੀਤ ਬਿੱਟੂ ਇਸ ਗੱਲ ਦਾ ਜ਼ਿਕਰ ਕਰ ਰਹੇ ਮੰਗਣਾ ਮੇਰੇ ਨਾਲ ਹੋਇਆ ਵਿਆਹ ਕਿਸੇ ਹੋਰ ਨਾ ਹੋ ਜੇ ਵਾਇਦਾ ਸਾਡੇ ਨਾਲ ਹੋਇਆ ਸਾਡੇ ਆਖਿਆਂ ਜਾਂ ਤਾਂ ਇਹ ਹੋਵੇ ਵੀ ਤੀਜੇ ਦਿਨ ਸਰਕਾਰ ਡਿੱਗ ਪਈ ਸਰਕਾਰ ਤਾਂ ਰਨਿੰਗ ਕੰਡੀਸ਼ਨ 'ਚ ਸੀ ਪੂਰੇ ਬਹੁਮਤ 'ਚ ਸੀ ਉਦੋਂ ਕਿਉਂ ਨਹੀਂ ਹੋਇਆ ਕਿਸੇ ਹੋਰ ਦੇ ਆਖਿਆਂ ਹੋਏ ਮੈਂ ਤਾਂ ਪੰਜਾਬ ਲਈ ਉਹਨਾਂ ਦੀ ਹਮਾਇਤ ਕੀਤੀ ਸੀ ਕਿ ਸਾਡਾ ਪੰਜਾਬ ਜਿਹੜਾ ਉਹ ਬੁਲੰਦੀਆਂ ਨੂੰ ਛੋਹ ਲੇ ਇਹ ਗੱਲ ਮੈਂ ਕਾਂਗਰਸ ਦੀ ਕਿੱਥੋਂ ਕਿਵੇਂ ਕਦੋਂ ਕਿੰਨਾ ਸਮਾਂ ਪਹਿਲਾਂ ਚੱਲੀ ਇਹ ਥੋੜ੍ਹਾ ਜਿਹਾ ਮਤਲਬ ਦੱਸ ਦਿਓ ਜੇ ਸਾਰੇ ਪੰਜਾਬੀ ਚਾਹੁੰਦੇ ਸੀ ਸਾਨੂੰ ਬਾਰ ਬਾਰ ਮੈਸੇਜ ਆਉਂਦੇ ਸੀ ਕਿ ਬੈਂਸ ਸਾਹਿਬ ਕਿਸੇ ਪਾਰਟੀ 'ਚ ਲੜ ਜਾਓ ਕਿਸੇ ਪਾਰਟੀ 'ਚ ਲੜ ਜਾਓ ਅਤੇ ਉੱਧਰ ਜਾਣਾ ਅਸੀਂ ਉਹਨਾਂ ਨੂੰ ਟੈਸਟ ਕਰਕੇ ਦੇਖਿਆ ਸੀ ਪੈਨਸਲੀਨ ਲਾਉਣ ਤੋਂ ਪਹਿਲਾਂ ਟੀਕਾ ਲਾ ਕੇ ਉਹਦੇ ਆਲੇ ਦੁਆਲੇ ਗੋਲਾ ਲਾ ਦਿੰਦੇ ਸੀ ਵੀ ਇਨਫੈਕਸ਼ਨ ਤਾਂ ਨਹੀਂ ਕਰਦਾ ਇਹ ਸਾਡਾ ਪੁਰਾਣਾ ਇਤਿਹਾਸ ਆ ਅਸੀਂ ਛੋਟਾ ਜਿਹਾ ਟੀਕਾ ਜਲੰਧਰ ਲਾ ਕੇ ਚੈੱਕ ਕਰ ਲਿਆ ਉਹਨਾਂ ਨੇ ਝੱਲਿਆ ਨਹੀਂ 50 ਫੁੱਟ ਦੇ ਬਾਰਡਰ ਦੀ ਰਾਖੀ ਨਹੀਂ ਹੋ ਸਕੀ ਅਤੇ ਅੱਜ ਵੀ ਲੁਧਿਆਣੇ ਵਾਲਾ ਇੰਡਸਟਰੀਅਲ ਟਾਊਨ ਆ ਅੱਜ ਵੀ ਸਾਡਾ ਮਾਲ ਉਹ ਦੁਬਈ ਤੋਂ ਘੁੰਮ ਕੇ ਪਾਕਿਸਤਾਨ ਆਉਂਦਾ ਅਤੇ ਜਿੰਨੇ ਚਿਰ ਨੂੰ ਸੀ ਪੋਰਟ 'ਤੇ ਮਾਲ ਜਾਂਦਾ ਉਨੇ ਚਿਰ 'ਚ ਸਾਡਾ ਟਰੱਕ ਪਾਕਿਸਤਾਨ ਛੱਡ ਕੇ ਵਾਪਸ ਆ ਜੂਗਾ ਮੈਂ ਸਰ ਤੁਸੀਂ ਦੱਸ ਦਿਓ ਗੱਲ ਤੁਸੀਂ ਚਲਾਈ ਇਹਨਾਂ ਨੇ ਚਲਾਈ ਜਾਂ ਵਾਇਆ ਵੜਿੰਗ ਚੱਲੀ ਜਾਂ ਵਾਇਆ ਚੰਨੀ ਚੱਲੀ ਜਾਂ ਕਿੱਥੋਂ ਚੱਲੀ ਕਿੰਨੀ ਸਮਾਂ ਪਹਿਲਾਂ ਚੱਲੀ ਔਰ ਤੁਸੀਂ ਮਨ ਕਿਵੇਂ ਬਣਾ ਲਿਆ ਕੀ ਹੈਗਾ ਕਿਹਦੇ ਨਾਲ ਚੱਲੀ ਕਿਵੇਂ ਚੱਲੀ ਤੈਅ ਹੋ ਜਾਂਦਾ ਕੰਮ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਮਸਲਾ ਤੁਹਾਡਾ ਤੇ ਹੱਲ ਕਰਦਾ ਚੰਨੀ ਸਾਡਾ ਭਰਾ ਹੈਗਾ ਰਾਜਾ ਵੜਿੰਗ ਭਰਾ ਆ ਹਾਂਜੀ ਦਵਿੰਦਰ ਯਾਦਵ ਭਰਾ ਹੈਗਾ ਮੋਰ ਓਵਰ ਭਾਰਤ ਭੂਸ਼ਣ ਆਸ਼ੂ ਜਿਹਦੇ ਨਾਲ ਮੇਰਾ 20 ਸਾਲ ਤੋਂ ਦੋਸਤਾਨਾ ਸੰਬੰਧ ਹੈ ਜੇ ਤੁਸੀਂ ਸਹੀ ਪੁੱਛੋ
ਤੇ ਸਭ ਤੋਂ ਪਹਿਲੀ ਗੱਲ ਚੱਲੀ ਮੇਰੀ ਭਾਰਤ ਭੂਸ਼ਣ ਆਸ਼ੂ ਨਾਲ। ਠੀਕ ਹੈ, ਕਿੰਨਾ ਸਮਾਂ ਪਹਿਲਾਂ? ਸਾਲ ਮੇਰਾ ਖਿਆਲ ਜਦੋਂ ਨਗਰ ਨਿਗਮ ਦੀ ਮਿਆਦ ਖਤਮ ਹੁੰਦੀ ਆ ਉਸ ਵਕਤ। ਠੀਕ ਹੈ, ਇਹ ਸਾਰੇ ਦੋਸਤ ਹੈਗੇ ਆ, ਦੋਸਤਾਂ ਦੇ ਸੁਭਾਅ ਰਲਦੇ ਆ, ਤੇ ਫਿਰ ਉਹ ਇੱਕ ਤੋਂ ਬਾਅਦ ਦੂਸਰਾ, ਦੂਸਰੇ ਬਾਅਦ ਤੀਸਰਾ, ਸਾਰੇ ਇਸ ਗੱਲ ਨੂੰ ਲੈ ਕੇ ਬੜੇ ਖੁਸ਼, ਮੇਰੇ ਸਾਥੀ ਵੀ ਬੜੇ ਖੁਸ਼। ਤੇ ਫਿਰ ਐਂਡ ਆਫ ਦਵਿੰਦਰ ਯਾਦਵ ਜੀ ਹੋਰਾਂ ਨੇ ਸਾਰਿਆਂ ਦਾ ਜਦੋਂ ਦੇਖਿਆ ਵੀ ਬਈ ਸਾਰੇ ਪੋਜ਼ਿਟਿਵ ਹੈਗੇ ਆ, ਤੇ ਉਹਨਾਂ ਨੇ ਰਾਹੁਲ ਜੀ ਕੋਲੇ ਲਿਜਾ ਕੇ ਤੇ ਸਾਰਾ ਪ੍ਰੋਗਰਾਮ ਜਿਹੜਾ ਸੀ ਕੰਪਲੀਟ ਕਰ ਦਿੱਤਾ। ਵਿਧਾਨ ਸਭਾ ਦੀਆਂ ਦੋਵੇਂ ਸੀਟਾਂ ਜਿਵੇਂ ਪਹਿਲਾਂ ਲੜਦੇ ਸੀ ਉਦਾਂ ਹੀ ਲੜੋਗੇ? ਯਾਰ ਇਹ ਕੋਈ ਮੁੱਦਾ ਹੀ ਨਹੀਂ ਹੈਗਾ, ਲੋਕ ਸਭ ਤੋਂ ਵੱਡਾ ਮੁੱਦਾ ਚੇਅਰਮੈਨੀ ਨਹੀਂ ਹੈਗਾ, ਸਿਆਸਤ ਸਭ ਤੋਂ ਵੱਡਾ ਮੁੱਦਾ ਹੀ ਕੁਰਸੀ ਦਾ। ਮੈਂ ਕਹਿੰਦਾ ਮੈਂ ਹਾਰਿਆ ਹੋਇਆ ਵਿਧਾਇਕ ਹਾਂ, ਮੈਂ ਹਾਰਿਆ ਹੋਇਆ ਵਿਧਾਇਕ ਜਿੱਤੇ ਹੋਏ ਵਿਧਾਇਕਾਂ ਦੇ ਨਾਲੋਂ ਟ੍ਰਿਪਲ ਇੰਜਣ ਕੰਮ ਕਰਨ ਵਾਲਾ, ਅੱਜ ਵੀ ਡਬਲ ਇੰਜਣ ਦਾ ਜ਼ਿਕਰ ਹੋਇਆ, ਟ੍ਰਿਪਲ ਗਿਆ, ਤਿੰਨ ਇੰਜਣ ਵਾਲਾ ਕੰਮ ਕਰਨ ਵਾਲਾ। ਵੀ ਕੋਈ ਬੰਦਾ ਪੰਜਾਬ ਚੋਂ ਬਾਂਹ ਖੜੀ ਕਰਕੇ ਕਹਿ ਦੇ ਵੀ ਬੈਂਸ ਹਾਰੇ MLA ਕੋਲੇ ਗਿਆ ਸੀ ਤੇ ਮੇਰਾ ਫਲਾਂ ਅਫਸਰ ਕੋਲੇ ਕੰਮ ਸੀ ਹੋਇਆ ਨੀ, ਫਿਰ ਮੈਂ ਨੀਵੀਂ ਜਗ੍ਹਾ ਬਹਿ ਜੂੰਗਾ ਵੀ ਹਾਂ ਨੀ। ਫਿਰ ਜਿਹੜੇ ਅਹੁਦੇ ਹੈਗੇ ਆ ਨਾ, ਇਹ ਕਿਤੇ ਮਾਨਾ ਨਹੀਂ ਰੱਖਦੇ। ਤੁਹਾਡੀ ਪਾਲਿਸੀ ਕੀ ਆ, ਤੁਹਾਡਾ ਓਨੈਸਟੀ ਲੈਵਲ ਕੀ ਆ, ਇਹ ਮਾਨਾ ਰੱਖਦਾ। ਬੈਸਟ ਆਫ ਲੱਕ ਬੈਂਸ ਸਾਹਿਬ। ਥੈਂਕ ਯੂ ਬ੍ਰਦਰ, ਬੈਸਟ ਆਫ ਲੱਕ ਜੀ। ਥੈਂਕ ਯੂ। ਤਾਂ ਬੈਂਸ ਭਰਾਵਾ ਹੋਰਾਂ ਨਾਲ ਖੁੱਲ੍ਹ ਕੇ ਗੱਲਬਾਤ ਹੋਈ, ਦਿਲ ਦੀ ਗੱਲਬਾਤ ਹੋਈ, ਲੋਕਾਂ ਦੀ ਗੱਲਬਾਤ ਹੋਈ, ਔਰ ਪਾਰਟੀ ਕਿਉਂ ਮਰਜ ਕੀਤੀ ਉਸ ਬਾਬਤ ਗੱਲਬਾਤ ਹੋਈ। ਤੁਹਾਨੂੰ ਕਿਸ ਤਰੀਕੇ ਨਾਲ ਇਹ ਗੱਲਬਾਤ ਲੱਗੀ ਜ਼ਰੂਰ ਫੀਡਬੈਕ ਦਿਓ। ਫਿਲਹਾਲ ਮੈਨੂੰ ਅਤੇ ਮੇਰੇ ਸਾਥੀ ਵਿਨੋਦ ਨੂੰ ਦਿਓ ਇਜਾਜ਼ਤ। ਧੰਨਵਾਦ।